ਸ਼ਬਦ ਸਰਵਨ ਕਰ ਰਹੇ ਸੀ ਸਮਰੱਥ ਗੁਰੂ, ਸਿਰ ਹੱਥ ਧਰਿਓ ਰਾਮਦਾਸ ਗੁਰੂ ਹਰ ਸਤਿ ਕੀਓ। ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਚੌਥੇ ਪਾਤਸ਼ਾਹ, ਚੌਥੇ ਪਾਤਸ਼ਾਹ ਰਾਮਦਾਸ ਪਾਤਸ਼ਾਹ ਜੀ ਦੀ ਉਸਤਤ ਦੇ ਵਿੱਚ ਨਾਲ ਭੱਟ ਜਿਹੜੇ ਭੱਟਾਂ ਦੇ ਸਵਈਏ ਆਪਾਂ ਸੁਣਦੇ ਹਾਂ ਪੜ੍ਹਦੇ ਹਾਂ, ਇਹਨਾਂ ਭੱਟਾਂ ਦੇ ਵਿੱਚੋਂ ਇੱਕ ਭੱਟ ਹੋਇਆ ਨਲ, ਭੱਟ ਨਲ ਜੀ। ਇਹ ਸ਼ਬਦ ਉਹਨਾਂ ਦਾ ਉਚਾਰਿਆ ਹੋਇਆ ਉਸਤਤ ਰੂਪ ਦੇ ਵਿੱਚ ਗੋਇੰਦਵਾਲ ਦੀ ਧਰਤੀ 'ਤੇ। ਆਪਾਂ ਆਪਣੀ ਸੁਰਤ ਨੂੰ ਗੋਇੰਦਵਾਲ ਦੀ ਧਰਤੀ 'ਤੇ ਲੈ ਚੱਲੀਏ, ਫਿਰ ਜਿਹੜਾ ਇਹ ਸ਼ਬਦ ਆ, ਇਹ ਸ਼ਬਦ ਦੇ ਅਰਥ ਸਮਝਣੇ ਸੌਖੇ ਹੋ ਜਾਣਗੇ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਉਦੋਂ ਗੱਦੀ 'ਤੇ ਬਿਰਾਜ ਸਨ। ਤੀਸਰੇ ਪਾਤਸ਼ਾਹ ਜੀ ਗੁਰੂ ਸਨ, ਹਲੇ ਗੁਰੂ ਰਾਮਦਾਸ ਮਹਾਰਾਜ ਜੀ ਚੌਥੇ ਪਾਤਸ਼ਾਹ ਭਾਵ ਗੁਰੂ ਨਹੀਂ ਬਣੇ ਸਨ। ਅਤੇ ਜਿਹੜਾ ਉਹਦੇ ਵਿਚਕਾਰ ਸਮਾਂ ਗੁਰੂ ਬਣਨ ਦਾ, ਹੁਣ ਪਤਾ ਚੱਲਿਆ ਗੁਰੂ ਅਗਲਾ ਗੁਰੂ ਥਾਪੇ ਜਾਣੇ ਹਨ ਗੁਰੂ ਰਾਮਦਾਸ ਪਾਤਸ਼ਾਹ ਜੀ, ਕਿਉਂਕਿ ਪਤਾ ਚੱਲ ਗਿਆ ਸਮਰੱਥ ਗੁਰੂ ਭਾਵ ਇੱਥੇ ਸਮਰੱਥ ਗੁਰੂ ਨਲ ਭੱਟ ਜੀ ਕਹਿ ਰਹੇ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ, ਤੀਜੇ ਪਾਤਸ਼ਾਹ ਜੀ ਜੋ ਸਮਰੱਥ ਗੁਰੂ ਹਨ, ਉਹਨਾਂ ਨੇ ਮੇਰਾ ਭਰਿਆ ਹੱਥ ਗੁਰੂ ਰਾਮ ਦਾ ਚੌਥੇ ਪਾਤਸ਼ਾਹ ਜੀ ਦੇ ਸਿਰ 'ਤੇ ਰੱਖ ਦਿੱਤਾ ਹੈ। ਹੁਣ ਉਸਤਤ ਦੇ ਵਿੱਚ ਇਹ ਸਵਈਆ ਗਾਇਆ ਹੈ ਸਮਰੱਥ ਗੁਰੂ ਸਿਰ ਹੱਥ ਧਰਿਓ, ਜਦੋਂ ਹੀ ਪੂਰਨ ਗੁਰੂ ਨੇ ਜਿਸ ਗੁਰੂ ਦੇ ਵਿੱਚ ਸਮਰੱਥਾ ਹੋਵੇ, ਸਮਰੱਥਾ ਕਹਿੰਦੇ ਨੇ ਜਿਸ ਗੁਰੂ ਦੇ ਵਿੱਚ ਹੁਨਰ ਹੋਵੇ, ਪਾਵਰ ਹੋਵੇ, ਇਹ ਕਾਰਜ ਕਰਨ ਦੀ ਹਿੰਮਤ ਹੋਵੇ, ਤਾਕਤ ਹੋਵੇ, ਸਮਰੱਥਾ ਹੋਵੇ। ਸਿਰ ਹੱਥ ਧਰਿਓ, ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਿਰ 'ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਹੱਥ ਰੱਖਿਆ। ਉਸ ਤੋਂ ਅੱਗੇ ਗੁਰ ਕੀਨੀ ਕਿਰਪਾ, ਇਹ ਕਿਰਪਾ ਕੀਤੀ ਹੈ ਗੁਰੂ ਨੇ ਹਰ ਨਾਮ ਦਿਓ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਿਮਰਨ ਗਿਆਨ ਦੀ ਬਖਸ਼ਿਸ਼ ਕੀਤੀ। ਨਾਮ ਜਪਣਾ, ਗੁਰੂ ਰਾਮਦਾਸ ਪਾਤਸ਼ਾਹ ਜੀ ਸਦਾ ਨਾਮ ਜਪਦੇ ਸਨ, ਸਿਮਰਨ ਕਰਦੇ ਰਹਿੰਦੇ ਸਨ, ਬੰਦਗੀ ਦੇ ਵਿੱਚ ਲੀਨ ਰਹਿੰਦੇ ਸਨ, ਭਜਨ ਕਰਦੇ ਸਨ, ਪਾਠ ਕਰਦੇ ਸਨ। ਇਹ ਗੁਰੂ ਨੇ ਕਿਰਪਾ ਕੀਤੀ, ਗੁਰ ਕਿੰਨੀ ਕਿਰਪਾ, ਹਰ ਨਾਮ ਦੀ ਉਹ ਵਾਹਿਗੁਰੂ ਦਾ ਨਾਮ ਬਖਸ਼ਿਸ਼ ਹੋ ਗਿਆ, ਮਿਲ ਗਿਆ। ਜਿਸ ਦੇਖ ਚਰਨ, ਜਦੋਂ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਜੀ ਗੋਇੰਦਵਾਲ ਆ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਸਨ, ਦਰਸ਼ਨ ਕਰਕੇ ਹੀ ਉਹਨਾਂ ਦਾ ਚਿਹਰਾ ਖਿੜ ਜਾਂਦਾ ਸੀ, ਖੁਸ਼ ਹੋ ਜਾਂਦਾ ਸੀ, ਰੱਬ ਮਿਲ ਗਿਆ, ਰੱਬ ਦੇ ਚਰਨਾਂ ਦੇ ਵਿੱਚ ਆ ਗਏ। ਜਿਸ ਦੇਖ ਚਰਨ, ਜਿਨ੍ਹਾਂ ਦੇ ਚਰਨਾਂ ਨੂੰ ਦੇਖ ਕੇ
ਆਪਾਂ ਅੱਖਾਂ ਦੇ ਨਾਲ ਦੇਖਦੇ ਹਾਂ ਕਿ ਭੱਟ ਜੀ ਕਹਿੰਦੇ ਨੇ ਚਰਨ, ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਦੋਂ ਜਿਸ ਦੇਖ ਚਰਨ, ਜਿਸ ਗੁਰੂ ਦੇ ਚਰਨਾਂ ਨੂੰ ਦੇਖ ਕੇ ਅਗਨ ਹਰਿਓ, ਅਗਨ ਕਹਿੰਦੇ ਨੇ ਪਾਪ, ਜਨਮ ਜਨਮਾਂਤਰਾਂ ਦੇ ਚੱਲੇ ਆ ਰਹੇ ਕਿਲ ਵਿਖ ਇਹ ਪਾਪ ਸਾਰੇ ਕੱਟੇ ਜਾਂਦੇ ਨੇ, ਹਰ ਜਾਂਦੇ ਨੇ, ਖਤਮ ਹੋ ਜਾਂਦੇ ਆ। ਸੋ ਐਸਾ ਗੁਰੂ ਧਾਰਨ ਕਰੀਏ, ਪੂਰਨ ਗੁਰੂ ਹੋਵੇ ਜਿਸ ਵਿੱਚ ਸਮਰੱਥਾ ਹੋਵੇ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਪੂਰਨ ਗੁਰੂ ਹਨ, ਜਿਸ ਦੇ ਵਿੱਚ ਸਮਰੱਥਾ ਹੈ, ਤਾਕਤ ਹੈ, ਪਾਵਰ ਹੈ। ਆਪਾਂ ਵੀ ਆਪਣਾ ਜਿਹੜਾ ਸਮਰਪਣ ਆ ਨਾ ਸਤਿਗੁਰਾਂ ਦੇ ਅੱਗੇ ਕਰੀਏ, ਸਤਿਗੁਰਾਂ ਨੂੰ ਨਮਸਕਾਰ ਕਰਦੇ ਹੋਏ ਮਨ ਦੇ ਵਿੱਚ ਜਿੰਨੇ ਵੀ ਦੁੱਖ ਕਲੇਸ਼ ਵਿਘਨ ਪਾਪ ਨੇ ਦੂਰ ਨਹੀਂ ਹੁੰਦੇ ਹਨ, ਪਰ ਜਦੋਂ ਹੀ ਅੱਖਾਂ ਦੇ ਨਾਲ ਸਰਦਾ ਦੇ ਵਿੱਚ ਆ ਕੇ ਸਤਿਗੁਰਾਂ ਨੂੰ ਨਮਸਕਾਰ ਕਰਾਂਗੇ, ਅਰਪਣ ਕਰਾਂਗੇ, ਇਹ ਗੁਰੂ ਹੈ ਇਹਦੇ ਵਿੱਚ ਸਮਰੱਥਾ ਕਿ ਸਾਰੇ ਪਾਪ ਹਰ ਦਿੰਦਾ, ਪਾਪ ਖਤਮ ਕਰ ਦਿੰਦਾ ਹੈ। ਜਿਹੜਾ ਗੁਰੂ ਦਾ ਅੱਖਰੀ ਅਰਥ ਆ ਉਹ ਇਹ ਹੈਗਾ, ਹਨੇਰੇ ਚੋਂ ਕੱਢ ਕੇ ਰੋਸ਼ਨੀ ਦੇ ਵਿੱਚ ਲੈ ਜਾਣਾ, ਬਸ ਕੇਵਲ ਇੰਨਾ ਕੀ ਆ ਗੁਰੂ ਦਾ ਅਰਥ। ਜੋ ਆਪ ਨੂੰ ਹਨੇਰੇ ਦੇ ਵਿੱਚੋਂ ਕੱਢ ਕੇ ਰੋਸ਼ਨੀ ਵਿੱਚ ਲੈ ਜਾਵੇ। ਹੁਣ ਇਦੋਂ ਅੱਗੇ ਉਦਾਹਰਣ, ਜੋ ਆਪ ਨੂੰ ਦਲਦਲ ਦੇ ਵਿੱਚੋਂ ਕੱਢ ਕੇ ਮੈਦਾਨ ਦੇ ਵਿੱਚ ਰੱਖ ਦੇਵੇ, ਜੋ ਚਿੱਕੜ ਗੰਦੇ ਗਾਰੇ ਚੋਂ ਕੱਢ ਕੇ ਫੁੱਲਾਂ ਦੀ ਬਾੜੀ ਦੇ ਵਿੱਚ ਲੈ ਆਵੇ, ਜੋ ਸਾਨੂੰ ਡੁੱਬਦੇ ਨੂੰ ਬਚਾ ਲਵੇ, ਗਰਕ ਹੁੰਦੇ ਨੂੰ ਬਾਂਹ ਫੜ ਕੇ ਕੱਢ ਲਵੇ, ਉਹਨੂੰ ਕਹਿੰਦੇ ਨੇ ਗੁਰੂ। ਸੋ ਗੁਰੂ ਦਾ ਕੰਮ ਹੈ ਮਾੜੇ ਪਾਸਿਓਂ ਰੋਕ ਕੇ ਚੰਗੇ ਪਾਸੇ ਲਾ ਦੇਣਾ। ਇਹ ਇਸ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਸਿੱਖ ਜਗਤ ਦੇ ਵਿੱਚ ਪਰਮਾਤਮਾ ਦਾ ਇੱਕ ਨਾਮ, ਮੇਨ ਮੁੱਖ ਨਾਮ ਗੁਰੂ ਰੱਖਿਆ ਹੈ। ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਗੁਰੂ ਹੈ, ਜੋ ਪੈਰ ਪੈਰ 'ਤੇ ਘੜੀ ਘੜੀ 'ਤੇ ਇਹ ਸੰਦੇਸ਼ ਦਿੰਦਾ ਹੈ। ਮਨ ਦੇ ਵਿੱਚ ਘੰਟੀ ਇਹ ਵੱਜਦੀ ਹੈ, ਗੁਰਸਿੱਖ ਪਿਆਰਿਆ ਐਸਾ ਕੰਮ ਮੁਲੇ ਨਾ ਕੀਜੇ ਜਿੱਤ ਅੰਤ ਪਛੋਤਾਈਏ, ਇਹੋ ਜਿਹਾ ਕੋਈ ਕਾਰਜ ਕਰਨਾ ਨਹੀਂ ਜਿਹ 'ਚ ਪਛਤਾਉਣਾ ਪੈ ਜਾਵੇ। ਸੋ ਸਦਾ ਹਨੇਰੇ ਦੇ ਵਿੱਚ ਨਹੀਂ ਰਹਿਣਾ, ਹਨੇਰੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨੀ ਆ। ਉਹ ਪਰਮਾਤਮਾ ਸਦਾ ਮੈਸੇਜ ਦਿੰਦਾ ਹੈ, ਸੰਦੇਸ਼ ਦਿੰਦਾ ਹੈ, ਹਨੇਰੇ 'ਚੋਂ ਰੋਸ਼ਨੀ ਵੱਲ ਆਉਂਦਾ। ਸੋ ਸਮਰੱਥ ਗੁਰੂ ਜੋ ਹੁੰਦੇ ਹਨ, ਜਦੋਂ ਸਿਰ 'ਤੇ ਹੱਥ ਰੱਖਦੇ ਨੇ ਸਾਰੇ ਦੁੱਖ ਕਲੇਸ਼ ਵਿਘਨ ਪਾਪ ਦੂਰ ਹੋ ਜਾਂਦੇ। ਨਿਸ ਬਾਸੁਰ ਏਕ ਸਮਾਨ, ਆਪਾਂ ਕਹਿੰਦੇ ਹਾਂ ਦਿਨ ਰਾਤ ਅੱਡੋ ਅੱਡਾ, ਕਹਿੰਦੇ ਨਿਸ ਬਾਸੁਰ ਦਿਨ ਅਤੇ ਰਾਤ ਏਕ ਸਮਾਨ, ਇੱਕੋ ਸਮਾਨ, ਇੱਕੋ ਹੈ, ਅਲੱਗ ਨਹੀਂ ਹੈ। ਧਿਆਨ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਧਿਆਨ ਕਰਨਾ, ਸਿਮਰਨ ਕਰਨਾ, ਬੰਦਗੀ ਕਰਨੀ ਆ, ਧਿਆਨ ਦੇ ਵਿੱਚ ਜੁੜੇ ਰਹਿਣਾ, ਉਹਦੇ ਵਿੱਚ ਵੇਖਣਾ ਨਹੀਂ ਦੇਣਾ ਰਾਤ ਆ, ਰਾਤ ਦਿਨ ਇੱਕ ਕਰਨਾ ਪਵੇਗਾ, ਰਾਤ ਦਿਨ ਇੱਕ ਕਰਕੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਕਿਤੇ ਜਾ ਕੇ ਧਿਆਨ ਜੁੜਦਾ ਹੈ। ਸੋ ਧਿਆਨ, ਨਾਮ ਸੁਣੇ ਸੁੱਤ ਭਾਨ ਡਰਿਓ,
ਦੇਖ ਲਓ ਜਿਹੜੇ ਨਾਮ ਜਪਦੇ ਨੇ ਨਾ ਉਹਨਾਂ ਕੋਲ ਜਮਦੂਤ ਵੀ ਉਹਨਾਂ ਦੇ ਨੇੜੇ ਨਹੀਂ ਆਉਂਦੇ, ਜਮਦੂਤ ਵੀ ਦੂਰੋਂ ਡਰ ਕੇ ਭੱਜ ਜਾਂਦੇ ਨੇ। ਸੁੱਤ ਭਾਨ ਸੂਰਜ ਦਾ ਪੁੱਤਰ ਧਰਮਰਾਜ, ਸੁੱਤ ਭਾਨ ਸੂਰਜ ਦਾ ਪੁੱਤਰ ਧਰਮਰਾਜ ਡਰਿਓ ਹੈ, ਉਹ ਡਰ ਜਾਂਦਾ, ਡਰ ਕੇ ਭੱਜ ਜਾਂਦਾ ਹੈਗਾ। ਨਾਮ ਜਪਣ ਵਾਲਿਆਂ ਦੇ ਨੇੜੇ ਜਮਦੂਤ ਨਹੀਂ ਆਇਆ ਕਰਦੇ। ਜਮਦੂਤ ਕਿਹੜੇ ਨੇ? ਇਹ ਜਿਹੜੇ ਇਹ ਜਗਤ ਦੇ ਵਿੱਚ ਸੰਸਾਰ ਦੇ ਵਿੱਚ ਤੁਰੇ ਫਿਰਦੇ ਨੇ, ਇਹ ਵੀ ਜਮਦੂਤ ਹਨ, ਜਿਹੜੇ ਮਾੜੇ ਕੁਕਰਮ ਕਰਦੇ ਨੇ, ਮਾੜੀ ਸੋਚ ਵਾਲੇ ਮਾੜੇ ਮਨੁੱਖ, ਉਹ ਨਾਮ ਜਪਣ ਵਾਲਿਆਂ ਸਾਧੂ ਸੰਤਾਂ ਦੇ ਲਵੇ ਨਹੀਂ ਖੜਦੇ ਹਨ। ਪਨ ਦਾਸ ਸੁਆਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ। ਪਨ ਦਾਸ ਇੱਥੇ ਆਪਣਾ ਨਾਂ ਲਿੱਤਾ ਹੈ, ਨਲ ਭੱਟ ਨੇ, ਨਲ ਭੱਟ ਦਾ ਇੱਕ ਨਾਮ, ਪਨ ਕਹਿੰਦੇ ਨੇ ਬਖਿਆਨ ਕਰਨਾ, ਬੋਲਣਾ, ਦਾਸ ਦਾਸ ਇੱਥੇ ਦਾਸ ਕੌਣ ਹੈ? ਨਲ ਭੱਟ ਪ੍ਰਮਾਣ ਕਰਦੇ ਨੇ। ਸੋ ਆਸ ਜਗਤਰ ਗੁਰੂ ਕੀ, ਐਸੇ ਗੁਰੂ ਦੀ ਆਸ, ਐਸੇ ਗੁਰੂ ਦੀ ਕਿਰਪਾ, ਪਾਰਸ ਭੇਟ ਪਰਸ ਕਰਿਓ। ਜਿਹੜਾ ਪਾਰਸ ਆ ਨਾ, ਉਹ ਜਦੋਂ ਲੋਹੇ ਨੂੰ ਪਿੱਤਲ ਨੂੰ ਕਿਸੇ ਨੂੰ ਵੀ ਟੱਚ ਕਰੇ ਉਹਨੂੰ ਸਿਉਣਾ ਬਣਾ ਦਿੰਦਾ, ਪਰ ਜਿਹੜਾ ਗੁਰੂ ਆ ਨਾ, ਗੁਰੂ ਦੇ ਨਾਲ ਜਦੋਂ ਗੁਰੂ ਸਿਰ 'ਤੇ ਹੱਥ ਰੱਖੇ, ਉਹ ਗੁਰੂ ਸਿੱਖ ਨੂੰ ਵੀ ਗੁਰੂ ਹੀ ਬਣਾ ਦਿੰਦਾ ਹੈ। ਪਾਰਸ ਭੇਟ ਪਰਸ ਕਰਿਓ ਹੈ, ਪਾਰਸ ਨਾਲ ਜੁੜ ਕੇ ਜਿਸ ਤਰ੍ਹਾਂ ਹੋਰ ਧਾਤੂਆਂ ਸਿਉਣਾ ਹੋ ਜਾਂਦੀਆਂ ਨੇ, ਪਰ ਗੁਰੂ ਨਾਲ ਜੁੜ ਕੇ ਜਿਵੇਂ ਪਾਰਸ ਨਾਲ ਪਾਰਸ ਨਹੀਂ ਹੁੰਦਾ ਹੈ, ਪਾਰਸ ਪਾਰਸ ਨਹੀਂ ਬਣਾ ਸਕਦਾ, ਪਰ ਗੁਰੂ ਜਿਹਦੇ 'ਤੇ ਹੱਥ ਰੱਖਦੇ ਉਹਨੂੰ ਗੁਰੂ ਬਣਾ ਦਿੰਦਾ। ਪਾਰਸ ਭੇਟ ਪਰਸ ਕਰਿਓ ਹੈ, ਰਾਮਦਾਸ ਗੁਰੂ ਹਰ ਸਤ ਕੀਓ। ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਨੇ ਸੱਤ ਦੇ ਨਾਲ ਸਮਝੌਤਾ ਕਰ ਲਿਆ ਸੀ, ਸੱਤ ਕੀਓ, ਝੂਠ ਨਹੀਂ ਕੀਤਾ। ਰਾਮਦਾਸ ਗੁਰੂ ਹਰ ਸੱਤ ਕੀ, ਸੱਤ ਦੇ ਨਾਲ ਸਮਝੌਤਾ ਕਰ ਲਿਆ, ਸੱਤ ਨੂੰ ਅਪਣਾ ਲਿਆ, ਸੱਤ ਨੂੰ ਪਾ ਲਿਆ। ਇਹ ਉਦੋਂ ਦਾ ਸ਼ਬਦ ਆ, ਹਲੇ ਜਦੋਂ ਭਾਵ ਕੀ ਇਹ ਵਿਖਿਆਨ ਕਰਦੇ ਨੇ, ਗੁਰੂ ਰਾਮਦਾਸ ਪਾਤਸ਼ਾਹ ਜੀ ਹਲੇ ਗੁਰੂ ਨਹੀਂ ਬਣੇ ਸਨ, ਹਲੇ ਗੱਲਾਂ ਹੋਈਆਂ ਸਨ, ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੀ ਦੋ ਪੁੱਤਰ ਸਨ, ਉਹਨਾਂ ਦੀ ਵੀ ਗੱਲ ਚੱਲਦੀ ਸੀ ਵੀ ਦੋਨਾਂ 'ਚੋਂ ਇੱਕ ਨੂੰ ਗੱਦੀ ਮਿਲੇਗੀ। ਸੋ ਪਰ ਇਹ ਵੀ ਗੱਲ ਚੱਲਦੀ ਸੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਗੱਦੀ ਮਿਲੂਗੀ, ਕਿਉਂਕਿ ਇਹਨਾਂ 'ਤੇ ਕਿਰਪਾ ਹੋ ਗਈ ਆ, ਇਹ ਨਾਮ ਜਪਦੇ ਨੇ, ਸਿਮਰਨ ਕਰਦੇ ਨੇ ਗੁਰੂ ਰਾਮਦਾਸ ਹਰ, ਕਿਉਂਕਿ ਸੱਚ ਦੀ ਗੱਲ ਕਰਦੇ ਨੇ, ਸੱਚ ਬੋਲਦੇ ਨੇ, ਉਹਨਾਂ ਨੇ ਸੱਚ ਦੇ ਨਾਲ ਸਮਝੌਤਾ ਕੀਤਾ ਹੈ। ਸਮਰੱਥ ਗੁਰੂ ਸਿਰ ਹੱਥ ਧਰਿਓ। ਅਖੀਰਲੀ ਪੰਗਤੀ ਦੇ ਵਿੱਚ ਫਿਰ ਭੱਟ ਜੀ ਸਮਾਪਤੀ ਕਰਨ ਵੇਲੇ ਫਿਰ ਉਹ ਪਹਿਲੀ ਪੰਗਤੀ ਕਹਿੰਦੇ ਨੇ, ਜਦੋਂ ਸਮਰੱਥ ਗੁਰੂ ਜਿਹਦੇ ਵਿੱਚ ਸਮਰੱਥਾ ਹੋਵੇ, ਹੁਨਰ ਹੋਵੇ, ਤਾਕਤ ਹੋਵੇ, ਜਦੋਂ ਕਿਧਰੇ ਉਹ ਸਿਰ 'ਤੇ ਮੇਰਾ ਭਰਿਆ ਹੱਥ ਰੱਖਦੇ ਤਾਂ ਸਾਰੇ ਦੁੱਖ ਕਲੇਸ਼ ਵਿਘਨ ਪਾਪ ਦੂਰ ਹੋ ਜਾਂਦੇ ਨੇ। ਸੋ ਇਤਨੀਆਂ